ਅਮਰੀਕਾ ਦੇ ਸਿਆਟਲ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਤੇਜ਼ ਰਫ਼ਤਾਰ ਪੁਲਿਸ ਗਸ਼ਤੀ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ ਇਸ ਤਰ੍ਹਾਂ ਇੱਕ ਪੁਲਿਸ ਅਧਿਕਾਰੀ ਦੇ ਬੋਡੀ ਕਾਮ ਦੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਉਹ ਵਿਦਿਆਰਥੀ ਦੀ ਮੌਤ ਤੇ ਹੱਸਦਾ ਹੋਇਆ ਅਤੇ ਮਜ਼ਾਕ ਉਡਾਉਂਦਾ ਦਿਖ ਰਿਹਾ ਹੈ ਇਸ ਤੋਂ ਬਾਅਦ ਭਾਰਤ ਨੇ ਪੂਰੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੇ ਲਈ ਅਮਰੀਕੀ ਅਧਿਕਾਰੀਆਂ ਦੇ ਕੋਲ ਮਾਮਲਾ ਜ਼ੋਰਦਾਰ ਟਾਂਗ ਦੇ ਨਾਲ ਉਠਾਇਆ ਸਿਆਟਲ ਟਾਈਮਜ਼ ਦੇ ਸੋਮਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਪੁਲਿਸ ਅਧਿਕਾਰੀ ਕੈਵਨ ਡੇਵ ਵੱਲੋਂ ਚਲਾਏ ਜਾ ਰਹੇ ਇੱਕ ਵਾਹਨ ਦੇ ਨਾਲ ਟਕਰਾਉਣ ਤੋਂ ਬਾਅਦ ਜਨਵਰੀ ਵਿੱਚ ਜਾਨਵੀ ਦੀ ਮੌਤ ਹੋਈ ਉਹ 74 ਕਿਲੋਮੀਟਰ ਪ੍ਰਤੀ ਮੀਲ ਦੀ ਰਫ਼ਤਾਰ ਨਾਲ ਕਾਰ ਨੂੰ ਚਲਾ ਰਿਹਾ ਸੀ ਸਿਆਟਲ ਪੁਲਿਸ ਵਿਭਾਗ ਵੱਲੋਂ ਸੋਮਵਾਰ ਨੂੰ ਬੋਡੀ ਕੈਮ ਫੁਟੇਜ ਜਾਰੀ ਕੀਤੀ ਗਈ ਜਿਸ ਵਿੱਚ ਅਫਸਰ ਡੈਨੀਅਲ ਕਾਤਕ ਘਟਨਾ ਨੂੰ ਲੈ ਕੇ ਹੱਸਿਆ ਤੇ ਡੀਪ ਦੀ ਗਲਤੀ ਜਾਂ ਅਪਰਾਧਿਕ ਜਾਂਚ ਦੀ ਜ਼ਰੂਰਤ ਨੂੰ ਖਾਰਜ ਕਰ ਦਿੱਤਾ ਸੀ ਖਬਰ ਤੇ ਟਿੱਪਣੀ ਕਰਦੇ ਹੋਏ ਸਾਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਸੜਕ ਹਾਦਸੇ ਵਿੱਚ ਕੰਦੂਲਾ ਦੀ ਮੌਤ ਹੋਣ ਦੀ ਘਟਨਾ ਨਾਲ ਨਜਿੱਠਣ ਦੇ ਤਰੀਕੇ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦੱਸਿਆ ਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਅਸੀਂ ਇਸ ਦੁਖਦਾਈ ਮਾਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਜਾਂਚ ਅਤੇ ਕਾਰਵਾਈ ਲਈ ਸਿਆਟਲ ਅਤੇ ਵਾਸ਼ਿੰਗਟਨ ਰਾਜ ਤੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ ਡੀਸੀ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਇਸਨੇ ਕਿਹਾ ਕੌਂਸਲੇਟ ਅਤੇ ਦੂਤਖਾਨ ਸਾਰੇ ਸੰਬੰਧਤ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਤੇ ਨੇੜਿਓ ਨਜ਼ਰ ਰੱਖਣਾ ਜਾਰੀ ਰੱਖਣਗੇ ਫੁਟੇਜ ਦੇ ਅਨੁਸਾਰ ਸੈਟਲ ਪੁਲਿਸ ਅਫਸਰ ਗਿਲਡ ਦੇ ਉਪ ਪ੍ਰਧਾਨ ਗਿਲਡ ਦੇ ਪ੍ਰਧਾਨ ਤੇ ਫੋਨ ਨਾਲ ਉਸ ਘਟਨਾ ਬਾਰੇ ਗੱਲ ਕਰਦੇ ਹੋਏ ਇਸ ਨੂੰ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਕੰਦੂਲਾ ਦੀ ਮੌਤ ਹੋਈ ਹੈ ਵੀਡੀਓ ਵਿੱਚ ਆਰਡਰਰ ਨੂੰ ਹੱਸਦੇ ਹੋਏ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਮਰ ਚੁੱਕੀ ਹੈ ਉਹ ਇੱਕ ਰੈਗੂਲਰ ਪਰਸਨ ਹੈ ਬਸ ਇੱਕ 11000 ਡਾਲਰ ਦਾ ਚੈੱਕ ਲਿਖੋ ਪੈਸੇ ਵੀ ਉਹ 26 ਸਾਲ ਦੀ ਸੀ ਉਸਦੀ ਕੋਈ ਖਾਸ ਕੀਮਤ ਨਹੀਂ ਸੀ ਐਨਬੀਸੀ نیوز ਦੀ ਰਿਪੋਰਟ ਦੇ ਮੁਤਾਬਕ ਆਰਡਰਰ ਨੇ ਕਿਹਾ ਕਿ ḍev ਦੀ ਗੱਡੀ ਕੰਟਰੋਲ ਤੋਂ ਬਾਹਰ ਨਹੀਂ ਸੀ ਪਿਛਲੇ ਮਹੀਨੇ ਸਰਕਾਰੀ ਵਕੀਲਾਂ ਨੂੰ ਸੁਮਿਖਿਆ ਲਈ ਭੇਜੀ ਗਈ ਇੱਕ ਪੁਲਿਸ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਸੀਗਾ ਕਿ ḍev 74 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ